ਚਾਲ ਆ ਜੀ ਸਾਰਿਆਂ ਦਾ, ਸਵਾਗਤ ਹੈ ਚੱਟੋ ਬਲੌਗ ਦੇ ਵਿੱਚ। ਅਤੇ ਮੈਂ ਥੋੜ੍ਹੀ ਜਿਹਾ ਜ਼ਮੀਨ ਵਾਹੁਣਾ ਨਾ, ਮੇਰਾ ਫਰੈਂਡ ਆ ਉਹਦੀ ਜ਼ਮੀਨ ਵਾਹੁਣੀ ਸੀਗੀ, ਅਤੇ ਉਹਨੇ ਇੱਕ ਟਰੈਕਟਰ ਵੇਚਤਾ ਸੀ ਵੱਡਾ, ਅਤੇ ਉਹ ਜਿਹੀਆਂ ਪ੍ਰੈਸ਼ਰ ਵਾਲੀ ਤਵੀਆਂ ਅਤੇ ਉਹ ਖੁੱਲਦੀਆਂ ਨਹੀਂ, ਅਤੇ ਦੂਜੇ ਛੋਟਾ ਟਰੈਕਟਰ ਆ 735 ਉਹਦੇ ਵਿੱਚ ਤਾਂ ਲੱਗਣੀ ਨਹੀਂ ਸੀ ਹੈ ਨਾ, ਅਤੇ ਇੱਕ ਕੁਛ ਉਹਦਾ ਫਾਦਰ ਡੈੱਥ ਹੋ ਗਈ ਹੈ ਨਾ, ਅਤੇ ਤਾਂ ਕਰਕੇ ਕੁਛ ਮੈਂ ਚੱਲ ਕੋਈ ਨਹੀਂ ਮੇਰਾ ਮੇਰੇ ਕੰਮ ਆਉਂਦਾ ਰਿਹਾ ਅਗਲਾ, ਮੇਰੇ ਤੋਂ ਮੇਰਾ ਐਕਸੀਡੈਂਟ ਹੋਇਆ ਸੀ ਉਦੋਂ ਫਿਰ ਜ਼ਮੀਨ ਜ਼ਮੀਨ ਵਾਹੁੰਦਾ ਰਿਹਾ ਨਾ ਉਹ, ਅਤੇ ਉਦੋਂ ਹਲੇ ਮੈਂ ਬਲੌਗ ਪਾਉਣੇ ਵੀ ਨਹੀਂ ਸ਼ੁਰੂ ਕੀਤੇ ਸੀ, ਪਹਿਲਾਂ ਹੀ ਗੱਲਾਂ 2018 ਦੀਆਂ ਗੱਲਾਂ ਆ, ਇਹ ਮੇਰੀ ਹੈਲਪ ਹੁਲ ਕਰਦਾ ਰਹਿੰਦਾ। ਅਤੇ ਨਾਲੇ ਦੂਜਾ ਸੀਗਾ ਆਪਣੇ, ਕਈ ਦਿਨ ਹੋ ਗਏ ਬਲੌਗ ਨਹੀਂ ਪਿਆ ਹੈ ਨਾ, ਅਤੇ ਮੈਂ ਚੱਲ ਅੱਜ ਬਲੌਗ ਵੀ ਸ਼ੂਟ ਕਰ ਲੈਂਦੇ ਹਾਂ। ਅਤੇ ਨਾਲੇ ਹੁਣ ਦੂਜੀਆਂ ਆ ਪ੍ਰੈਸ਼ਰ ਵਾਲੀ ਤਵੀਆਂ, ਅਤੇ ਉਹ ਟਰੈਕਟਰ 'ਚ ਪੈਂਦੀਆਂ ਨੇਗੀਆਂ, ਅਤੇ ਅਗਲਾ ਕੰਮ ਉਹਦਾ ਆਪ ਨੂੰ ਕੰਮ ਆਉਣਾ ਚਾਹੀਦਾ ਨਾ, ਅਤੇ ਇਹ ਥੋੜ੍ਹਾ ਵੀ ਅਗਲੇ ਤੋਂ ਕੰਮ ਲੈ ਲਓ ਆਪ ਕੰਮ ਆਉਣ। ਅਤੇ ਉਦੋਂ ਮੇਰੇ ਤਾਏ ਗੁਜਰੇ, ਉਦੋਂ ਵੀ ਉਹਨੇ ਕੱਦੂ ਕੱਦੂ ਕੀਤਾ, ਅਤੇ ਜ਼ਮੀਨ ਜ਼ਮੀਨ ਵਾਹੁੰਦਾ ਰਿਹਾ ਹੈ ਨਾ। ਅਤੇ ਬਾਕੀ ਹੁਣ ਇਹਦੇ 4 ਕਿੱਲੇ ਇੱਕ ਆ, ਅਤੇ 2 ਕਿੱਲੇ ਇੱਕ, 6 ਕਿੱਲੇ ਕਹਿੰਦਾ ਆ ਵਾਹੁਣ ਵਾਲੇ, ਅਤੇ ਮੈਂ ਹੋ ਗਿਆ ਤਾਂ ਲੇਟ, ਮੈਂ ਸਵੇਰੇ ਮਤਲਬ ਉੱਠਿਆ 4:30 ਵਜੇ ਦਾ ਹੋਇਆ, ਢੀਠ ਹੋਇਆ ਪਿਆ ਰਿਹਾ ਨਾ, 5:30 ਵੱਜ ਗਏ, ਫਿਰ ਤੇਲ ਤੂਲ ਪਾਇਆ, ਫਿਰ ਧੋਣ ਨੂੰ ਲੱਗ ਗਿਆ ਅੱਧਾ ਪੌਣਾ ਘੰਟਾ ਮੈਨੂੰ, ਅਤੇ ਹੁਣ ਤਿਆਰ ਆ ਬਸ, ਹੁਣ ਤਵੀਆਂ ਖੋਲ੍ਹ ਕੇ ਅਤੇ ਵਾਹੁਣ ਲੱਗਦਾ। ਕੁਛ ਤਾਂ ਇਹਨੇ ਮਿੱਟੀ ਪਾਈ ਆ, ਮਿੱਟੀ ਵਾਲੇ ਕੁਛ ਮਤਲਬ ਫਾਨੇ ਵਾਲੇ ਆ ਨਾ, ਤਾਂ ਕਰਕੇ ਤਵੀਆਂ ਨਹੀਂ, ਇੱਥੇ ਤਾਂ ਹਲਾਂ ਦਾ ਸਰ ਜਾਣਾ ਸੀਗਾ, ਅਤੇ ਦੋ ਕਿੱਲੇ ਉਹ ਉੱਥੇ ਕਹਿੰਦਾ ਸਾਹਮਣੇ ਜਿਹੜੇ ਆਹ ਆ, ਇੱਥੇ ਆ ਪਾਇਪ ਪਈ ਦਿੰਦੀ ਆ, ਕਟੇਰੀਆਂ ਦੇ ਆਂਡੇ ਪਏ ਸੀਗੇ, ਮੈਂ ਵਿਚਾਰੀ ਕਾਹਨੂੰ ਮਾਰਨੇ ਆ ਨਾ, ਵਾਹਿਆ ਸੀਗਾ ਨਾ, ਹੁਣ ਥੋੜ੍ਹਾ ਹੋਰ ਕੰਮ ਕਰਨਾ, ਦੇਖਦਾ ਹੈ ਆਪਣੇ ਜ਼ਮੀਨ ਵੀ ਪੱਤਰਾਈ ਆ, ਅਤੇ ਇੱਥੇ ਹੋਇਆ ਵੀ ਪਾਣੀ ਲਾ ਦਈਏ ਦੁਬਾਰਾ, ਹੈ ਨਾ, ਦੁਬਾਰਾ ਭਰ ਦਈਏ, ਅਤੇ ਭਰ ਕੇ ਅਤੇ ਜੇ ਦੁਬਾਰਾ ਫਿਰ ਪਾ ਦਾਂਗੇ, ਪੁੱਛਦਾ ਵੀ ਅੱਧਾ ਕਿੱਲਾ ਫੋਨ ਹੋਣਾ, ਬਾਈ ਦਾ ਇੱਥੇ ਤਾਂ ਪਾਣੀ ਲੱਗਣਾ ਨਹਿਰ ਦਾ, ਅਤੇ ਫੋਨ ਕਰਕੇ ਨਾ ਬਾਈ ਜਾਂਦਾ ਕੰਮ ਪਾ ਦਿੰਦਾ, ਅਤੇ ਤੁਹਾਨੂੰ ਦੱਸਿਆ ਸੀ ਨਾ ਵੀ ਦੁਬਾਰਾ ਭਰਾਂਗੇ, ਉਹ ਤਾਂ ਮੈਂ ਬਾਅਦ ਸੀ ਅੱਧਾ ਕਿੱਲਾ, ਅਤੇ ਇੱਧਰ ਭਰ ਲੱਗੇ ਹੋਏ ਆ 2.5 ਕਿੱਲੇ ਥੱਲੇ ਆ, ਨਹੀਂ 3 ਕਿੱਲੇ 3 ਕਿੱਲੇ ਥੱਲੇ ਆ ਭਰਨ ਲੱਗੇ ਹੋਏ ਦੁਬਾਰਾ, ਅਤੇ ਭਰ ਕੇ ਮੈਂ ਕਿਹਾ ਚੱਲ ਬਾਅਦ 'ਚ ਪਾ ਦਾਂ ਇਕੱਠਾ, ਵਿੱਚ ਪਰਾਲੀ ਪਰੂਲੀ ਵਾਹੀ ਸੀਗੀ, ਅਤੇ ਉੱਧਰ ਨਾਲੇ ਮੂੰਗੀ ਭਰੀ ਨਾਲੇ ਉੱਧਰ ਗੇੜਾ ਮਾਰ ਕੇ ਆਉਣਾ, ਉਹਨਾਂ ਨੂੰ ਗੇੜਾ ਮਾਰਨ ਭੇਜਿਆ, ਨਹਿਰ ਦੀ ਵਾਰੀ ਆ ਦੇਖੋ ਚੱਲਦੀ ਤਾਂ ਨਾ ਲਾ ਲਓ, ਵੱਧ ਤੋਂ ਵੱਧ ਹਲੇ ਨੂੰ ਘੰਟਾ ਡੇਢ ਘੰਟਾ ਕੀ ਹੋਇਆ, ਹਲੇ ਕਿੱਲੇ 'ਚ ਬਣੀ ਫਿਰ ਗਿਆ ਕੁਛ ਬਾਟ ਵੀ, ਲਾ ਲਓ ਘਰ ਆਪਣਾ ਦਿਖਾਉਣਾ ਤੁਹਾਨੂੰ ਮੈਂ ਜੂਮ ਕਰਕੇ, ਇਹ ਦੇਖ ਜੇ ਤਾਂ ਇੱਥੋਂ ਆਉਂਦਾ ਪਾਣੀ, 15-16 ਕਿੱਲੇ ਬਾਟ ਪੈ ਜਾਂਦੀ ਆ ਪਾਣੀ ਨੂੰ, ਨਹੀਂ 5 ਆ ਪੈ ਗਏ, 5 ਅਤੇ 10-15 ਅਤੇ 20 ਕਿੱਲੇ ਨੇੜੇ ਨੇੜੇ ਬਾਟ ਪੈ ਜਾਂਦੀ ਆ ਪਾਣੀ ਆਉਂਦਾ ਨਹਿਰ ਦਾ, ਅਤੇ ਉੱਦਾਂ ਤਾਂ ਹੈਗਾ ਸਾਡਾ ਇਸ ਪਾਸੋਂ ਪਾਣੀ ਆ ਨਹਿਰ ਦਾ, ਅਤੇ ਐਤਕਾਰ ਇੱਧਰੋਂ ਖਾਲਾ ਬਣਾਇਆ ਹੋਇਆ ਆਪਦੀ ਜ਼ਮੀਨ 'ਚੋਂ ਨਾ, ਇੱਧਰੋਂ ਵੀ ਲਾ ਲਈਦਾ, 9-9 ਕਿੱਲੇ ਆ, 2 ਕਿੱਲੇ ਉੱਚੇ ਆ ਦੋਨੇ ਭਰਾ ਦਾ ਤਾਏ ਵਾਲੇ ਦੇ ਸਾਡੇ ਮੇਰੇ ਆਪਦੇ, ਅਤੇ ਉਹ ਥੋੜ੍ਹੇ ਜਿਹੇ ਉੱਚੇ ਪੈਂਦੇ, ਉਹਨੂੰ ਤਾਂ ਨਹੀਂ ਪਾਣੀ ਲੱਗਦਾ ਹੈਗਾ, ਜਿਹੜੇ ਨੀਵੇਂ ਉਹਨਾਂ 'ਚ ਤਾਂ ਪਾਣੀ ਫਿਰ ਜਾਂਦਾ ਆ, ਅਤੇ 3 ਅਤੇ 5 ਕਿੱਲਿਆਂ 'ਚ ਪਾਣੀ ਫਿਰ ਜਾਂਦਾ ਆ ਥੱਲੇ ਥੱਲੇ। 3 days later ਕੰਪਲੀਟ ਹੋਇਆ ਮੇਰਾ, ਰਹਿ ਗਿਆ ਵਿੱਚ, ਅਤੇ ਮੈਂ ਚੱਲ ਬਲੌਗ ਤਾਂ ਕੰਪਲੀਟ ਕਰ ਲਈਏ,
ਅਤੇ ਕੁਛ ਤਵੀਆਂ ਇਹ ਭਾਰੀਆਂ ਜ਼ਿਆਦੀਆਂ ਹੁਣ ਖੇਤ ਗਿੱਲੇ ਆਪਣੇ ਪਾਣੀ ਲਾਇਆ ਕਰਕੇ ਨਾ ਵਹਿੰਦੀਆਂ ਵੀ ਜ਼ਿਆਦੀਆਂ ਆ, ਅਤੇ ਮੈਂ ਕਿਹਾ ਚੱਲ ਪਾ ਕੇ ਕੰਮ ਨੇ ਫੇੜੀ ਉਹਦੇ ਨਾਲ 2 ਕਿੱਲੇ ਪੋਹਣ ਵਾਲੇ ਸੀਗੇ ਅਤੇ ਦੋ ਥੋੜ੍ਹੇ ਜਿਹੇ ਕਿੱਲੇ ਸੀਗੇ ਅਤੇ ਆ ਪੋਹਣ ਵਾਲੇ ਆ, ਹੁਣ ਪਾ ਕੇ ਫਿਰ ਤੁਹਾਨੂੰ ਮਿਲਣਾ ਬਾਅਦ 'ਚ ਨਾ, ਅਤੇ ਘਰ ਦੇ ਕੋਲ ਹੀ ਲੱਗਿਆ ਹੋਇਆ ਸੀਗਾ, ਸਰਪੰਚੇ ਨੂੰ ਸਪਰੇਅ ਮਾਰਨ ਲਾਇਆ ਆ। ਇੱਕ ਤਾਹ ਹੋ ਗਈ ਦੇਖੋ, ਅਤੇ ਇੱਕ ਉਹ ਹੋ ਗਈ ਇਹ ਆਹ ਬੈਠੀ ਦੋ ਇਹਦੇ, ਉਹ ਦੋ ਤਿੰਨ ਉੱਥੇ, ਇੱਕ ਆਹ ਹੋਰ ਤੀਜੀ ਆ ਰਹੀ, ਦੋ ਪਰਲੇ ਸਿਰੇ ਆ ਪੱਟ ਵਾਲੇ ਪਾਸੇ, 5-6 ਡਟੇਰੀਆਂ ਦੇ ਆਂਡੇ ਇੱਥੇ ਸੀਗੇ, ਪਰ ਮੈਂ ਖਾਲੀ ਬਤੇਰੀ ਦੇ ਆਂਡੇ ਖਰਾਬ ਕਰਦੇ ਹਾਂ ਨਾ, ਅਤੇ ਬਚਾ ਲਏ ਪੱਤਾ ਵੀ ਹੁਣ ਗਾਉਣੇ ਔਖੇ ਹੋਏ ਨਹੀਂ ਜਗ੍ਹਾ, ਅਤੇ ਘੁਮਾ ਘੁੰਮ ਕੇ ਲਾ ਲੂ ਕੇ ਸਾਲੇ ਵੀ ਕੱਢ ਸਕਦੇ, ਉਹਨਾਂ ਨੇ ਜਗ੍ਹਾ ਹੀ ਬਣੀ, ਅਤੇ ਚਲੋ ਮਿਲਦੇ ਹਾਂ ਨਾ ਅਗਲੇ ਵਲੋਗ ਦੇ ਵਿੱਚ।